ਇਹਨਾਂ ਦੀ ਡਾਈਟ ਦੱਸਦਾ ਮੈਂ, ਜਿਹੜੀ ਆਪਾਂ ਫੀਡ ਬਣਾਉਣਾ ਉਹਦੇ 'ਚ ਕੀ ਪਵਾ ਕੇ ਲਿਆਉਣਾ ਵੀਰੇ ਯਾਰ। ਸੋਇਆ ਡੀ ਓ ਸੀ 18 ਕਿਲੋ, ਮਾਸਟਰ ਡੀ ਓ ਸੀ ਸਰ੍ਹੋਂ ਦੀ DOC 46 ਕਿਲੋ, ਸਰ੍ਹੋਂ ਦੀ ਓਇਲ ਕੇਕ ਤੇਲ ਵਾਲੀ ਸਰ੍ਹੋਂ ਦੀ ਖਲ 7 ਕਿਲੋ, ਕਲਸਾਈਡ ਪਾਊਡਰ 2 ਕਿਲੋ, DCP 1.5 ਕਿਲੋ, ਨਮਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਆ ਭਾਈ ਜੀ। ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਆਪਣੀਆਂ ਬੱਚੀਆਂ, ਆਹ ਜਿਹੜੀਆਂ ਇਸ ਸਾਲ ਤਿਆਰ ਹੋਈਆਂ ਗੀਆਂ, ਇਹਨਾਂ ਦੀ ਸਾਰਿਆਂ ਦੀ AI ਕਰਨ ਵਾਲੀ ਹੈ। ਪਹਿਲੀ ਤਾਂ ਗੱਲ, ਹੁਣ ਜਿਹੜੀਆਂ ਵੀ ਬੱਚੀਆਂ ਹੁੰਦੀਆਂ ਆਪਾਂ ਇਹਨਾਂ ਦੀ AI ਕਰਨੀ ਹੈ, ਜਿਹਨਾਂ ਦੀ ਲਗਭਗ ਇਹਨਾਂ ਦੀ ਜਨਵਰੀ ਦੇ ਵਿੱਚ ਕਰਾਂਗੇ। ਆਪਾਂ ਜਨਵਰੀ ਦੇ ਵਿੱਚ AI ਕਰਾਂਗੇ ਤਾਂ ਆਪਣੇ ਕੋਲ ਅਕਤੂਬਰ ਦੇ ਵਿੱਚ ਇਹਨਾਂ ਦੀ ਡਿਲੀਵਰੀ ਹੋਣੀ ਆ। ਅਕਤੂਬਰ ਨਵੰਬਰ ਦੇ ਵਿੱਚ ਡਿਲੀਵਰੀ ਹੋਣੀ ਚਾਹੀਦੀ ਹੁੰਦੀ ਆ ਬੱਚਿਆਂ ਦੀ, ਫਿਰ ਉਹ ਗਰਮੀ ਵਿੱਚ ਨਹੀਂ ਆਉਂਦੀ। ਜਿਹੜੀਆਂ ਬੱਚੀਆਂ ਆਪਣੀਆਂ ਗਰਮੀ ਵਿੱਚ ਸੂ ਪੈਂਦੀਆਂ ਗੀਆਂ, ਉਹ ਦੁੱਧ ਨਹੀਂ ਉਹਨਾਂ ਦੇ ਪਾਉਂਦੀਆਂ ਬਾਈ ਯਾਰ। ਆਪਾਂ ਤਾਂ ਹੀ ਸੂਆ ਲੈਂਦੇ ਹਾਂ ਜ਼ਿਆਦਾਤਰ, ਆਪਾਂ ਤਾਂ ਅਕਤੂਬਰ ਦੇ ਵਿੱਚ, ਅਕਤੂਬਰ ਦੇ ਐਂਡ 'ਤੇ ਸੂਆ ਹੋ ਜਾਵੇ ਜਾਂ ਅਕਤੂਬਰ ਦੇ ਸਟਾਰਟਿੰਗ ਤੋਂ ਸੂਆ ਸ਼ੁਰੂ ਹੋ ਜਾਵੇ, ਫਿਰ ਆਪਣੇ ਕੋਲ ਦੁੱਧ ਵੀ ਲੌਂਗ ਟਾਈਮ ਦੇ ਦਿੰਦੀਆਂ। ਜੇ ਉਦੋਂ ਪਹਿਲਾਂ ਸੂਈਆਂ ਹੋਣ ਆਪਣੇ ਕੋਲ 9ਵੇਂ ਮਹੀਨੇ ਜਾਂ 8ਵੇਂ ਮਹੀਨੇ ਗਾਵਾਂ, ਉਹ ਦੁੱਧ ਨਹੀਂ ਪੂਰਾ ਦੇ ਪਾਉਂਦੀਆਂ ਗੀਆਂ। ਇਹ ਬੱਚੀਆਂ ਆਪਣੇ ਫਾਰਮ ਦੀਆਂ ਤੁਸੀਂ ਦੇਖ ਲਓ, 25 ਦੇ ਕਰੀਬ ਬੱਚੀਆਂ ਹੈਗੀਆਂ ਲੈਣ ਦੇ ਵਿੱਚ। ਲਾਸਟ ਪਿਛਲੇ ਸਾਲ ਦੀਆਂ ਬੱਚੀਆਂ, ਇਹ ਸਾਲ ਬਾਅਦ ਹੀ ਇੰਨੀ ਗਰੋਥ ਕਰ ਲਈ ਇਹਨਾਂ ਨੇ, ਵਧੀਆ ਪੂਰੀਆਂ ਵਿੱਚ ਆਹ 4-5 ਬੱਚੀਆਂ ਜਿਹੜੀਆਂ ਪਿਛਲੇ ਟਾਈਮ ਦੀਆਂ, ਜਿਹੜੀਆਂ ਲੇਟ ਐਨੀਮਲਸ ਹੋਏ ਸੀ ਉਹ ਆ ਛੋਟੀਆਂ, ਨਹੀਂ ਬਾਕੀ ਸਾਰਿਆਂ ਦਾ ਵੇਟ ਤਿਆਰ ਆ, ਲਗਭਗ ਬਣਿਆ ਹੋਇਆ ਸਾਰੀਆਂ ਬੱਚੀਆਂ ਦਾ ਵੇਟ ਸਾਰੀਆਂ। ਜਿਹੜੀਆਂ ਜ਼ਿਆਦਾ ਵੱਡੀਆਂ ਬੱਚੀਆਂ 2-4 ਵਾਰ ਹੀਟ 'ਚ ਵੀ ਆ ਗਈਆਂ, ਕੋਈ ਗੱਲ ਨਹੀਂ ਹੁੰਦੀ। ਜੇ ਹੀਟ 'ਚ ਆਈ ਜਾਣ ਆਪਾਂ 4-5 ਹੀਟਾਂ ਮਿਸ ਕਰਾ ਸਕਦੇ ਹਾਂ ਬੱਚਿਆਂ ਦੀ, ਕੋਈ ਗੱਲ ਨਹੀਂ। ਕਈ ਵਾਰ ਆਪਾਂ ਨੂੰ ਡਰ ਹੁੰਦਾ ਰਿਪੀਟਰ, ਉੱਥੇ ਸਾਈਕਰੋਨਾਈਜੇਸ਼ਨ ਕਰਦੇ ਬੱਚੀ ਦੀ ਬਾਈ ਯਾਰ, ਉੱਥੇ ਰਹਿ ਹੀ ਜਾਂਦੀਆਂ ਜੇ ਆਪਾਂ ਬੱਚਿਆਂ ਦੀ ਸਾਈਕਰੋਨਾਈਜੇਸ਼ਨ ਕਰਾਂਗੇ। ਹੁਣ ਇਹਨਾਂ ਦਾ ਸਾਰਿਆਂ ਦਾ ਰਿਕਾਰਡ ਦੇਖ ਕੇ ਆਪਾਂ ਫਿਰ ਕੱਬਣ ਕਰਾਂਗੇ ਇਹਨਾਂ। ਬਾਕੀ ਇਹਨਾਂ ਦੀ ਪ੍ਰੋਪਰ ਡਾਈਟ ਮੈਂ ਦੱਸ ਦਿੰਦਾ ਹੁਣ, ਬਾਕੀ ਤੁਸੀਂ ਜਿਹੜੇ ਤੁਹਾਡੇ ਫਾਰਮ 'ਤੇ ਤੁਸੀਂ ਜਿਹੜੀਆਂ ਵੱਡੀਆਂ ਬੱਚੀਆਂ ਹੋ ਗਈਆਂ, ਜਿਵੇਂ ਇਹਨਾਂ ਦਾ ਜਿਨ੍ਹਾਂ ਦਾ ਵੇਟ ਜ਼ਿਆਦਾ ਹੋ ਚੁੱਕਿਆ, ਜਿਵੇਂ ਆਹ ਬੱਚੀ ਦਾ ਵੇਟ ਜ਼ਿਆਦਾ ਹੋ ਗਿਆ ਨਾ, 300-319 ਨੰਬਰ ਹੋ ਗਿਆ, ਜਿਵੇਂ ਇੱਦਾਂ ਹੋਰ ਬੱਚੀਆਂ, ਉਹ 3-4 ਬੱਚੀਆਂ ਜਿਹੜੀਆਂ ਸਾਈਡ 'ਤੇ ਆ ਇਹਨਾਂ ਦਾ ਵੇਟ ਜ਼ਿਆਦਾ ਹੋ ਗਿਆ, ਜਾਂ ਆਹ 3-4 ਬੱਚੀਆਂ ਜਿਨ੍ਹਾਂ ਦਾ ਵੇਟ ਘੱਟ ਆ ਇੱਧਰ, ਇਹਨਾਂ ਦੇ ਵੱਖਰੇ ਪੋਰਸ਼ਨ ਕਰ ਦਿਆ ਕਰੋ ਤੁਸੀਂ। ਇਦੂ ਬਾਅਦ ਮੈਂ ਵੀ, ਮੇਰਾ ਡਰਾਈ ਪੀਰੀਅਡ ਖਤਮ ਹੋ ਜਾਣਾ, ਉਦੋਂ ਬਾਅਦ ਫਿਰ ਮੈਂ ਵੱਖਰੇ ਪੋਰਸ਼ਨ ਕਰ ਦੇਣੇ ਆ ਇਹਨਾਂ ਦੇ। ਜਿਹੜੀਆਂ ਦਾ ਥੋੜ੍ਹਾ ਜਿਹਾ ਵੇਟ ਘੱਟ ਆ ਉਹਨਾਂ ਨੂੰ ਫਿਰ ਮੈਂ ਡਾਈਟ ਜ਼ਿਆਦਾ ਸ਼ੁਰੂ ਕਰ ਦੇਣੀ ਆ। ਤੁਸੀਂ ਵੀ ਤੁਹਾਡੇ ਫਾਰਮ 'ਤੇ ਜਿਹੜੇ ਕੋਲ ਜਾਂ ਤੁਹਾਡੇ ਘਰ ਰੱਖੇ ਹੋਏ ਆ, ਤੁਹਾਨੂੰ ਪਤਾ ਲੱਗੀ ਬੱਚੀ ਦਾ ਥੋੜ੍ਹਾ ਜਿਹਾ ਵੇਟ ਘੱਟ ਆ, ਲੱਗੀ ਹਜੇ ਆਪਣਾ ਜਨਵਰੀ 'ਚ AI ਨਹੀਂ ਹੋਣੀ, ਉਹਦੀ ਫਰਵਰੀ 'ਚ AI ਹੋ ਜੂ, ਕੋਈ ਗੱਲ ਨਹੀਂ, ਉਹਨੂੰ ਤੁਸੀਂ 3 ਕਿਲੋ ਫੀਡ ਕਰ ਦਿਓ। ਜਿਹੜੀ ਅੱਜ ਵਾਲੀ ਆਪਾਂ ਖਾਸ ਤੌਰ 'ਤੇ ਆ ਹੁਣ ਬੱਚੀਆਂ ਬਾਰੇ ਡਾਈਟ ਬਾਰੇ ਆਪਾਂ ਪਲਾਨ ਬਾਰੇ ਦੱਸ ਰਹੇ ਹਾਂ, ਇਹਦੇ 'ਚ ਆਪਾਂ ਹਾਈਪਰ ਫੀਡ ਪਾਉਣੇ ਹੁੰਦੇ ਆ ਬੱਚਿਆਂ ਵਾਲੀ, ਜਿਹੜੀਆਂ ਬੱਚੀਆਂ ਹੁਣ 9 ਮਹੀਨਿਆਂ ਤੋਂ ਉੱਪਰ ਲੈ ਕੇ ਗੱਭਣ ਹੋਣ ਤੱਕ ਆਪਾਂ ਕਿਹੜੀ ਫੀਡ ਪਾਉਣੇ ਆ। ਕਈ ਵੀਰਾਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਆ, ਬਾਈ ਯਾਰ ਕਫ ਗਰੋਰ ਵੀ ਦੱਸ ਦਿੰਦੇ ਹੋ, ਇਹਦੀ ਫਾਰਮੂਲੇਸ਼ਨ ਦੱਸਣ ਲੱਗਿਆ ਮੈਂ, ਲਵੀ ਇਹ ਵੱਡੀਆਂ ਬੱਚਿਆਂ ਨੂੰ ਆਪਾਂ ਕਿਹੜੀ ਫਾਰਮੂਲੇਸ਼ਨ ਪਾਉਣੇ ਆ, ਕੀ ਡਾਈਟ ਪਲਾਨ ਹੁੰਦਾ ਆਪਣਾ। ਇਹਨਾਂ ਦੀ ਡਾਈਟ ਦੱਸਦਾ ਮੈਂ, ਜਿਹੜੀ ਆਪਾਂ ਫੀਡ ਬਣਾਉਣਾ ਉਹਦੇ 'ਚ ਕੀ ਪਵਾ ਕੇ ਲਿਆਉਣਾ ਵੀਰੇ ਯਾਰ। ਸੋਇਆ DOC 18 ਕਿਲੋ, ਮਾਸਟਰ DOC ਸਰ੍ਹੋਂ ਦੀ DOC 46 ਕਿਲੋ, ਸਰ੍ਹੋਂ ਦੀ ਓਇਲ ਕੇਕ ਤੇਲ ਵਾਲੀ ਸਰ੍ਹੋਂ ਦੀ ਖਲ 7 ਕਿਲੋ, ਕਲਸਾਈਡ ਪਾਊਡਰ 2 ਕਿਲੋ, DCP 1.5 ਕਿਲੋ, ਨਮਕ 1.5 ਕਿਲੋ, ਜੀਮੈਟ ਜੀਸਟ PDS ਦਾ ਜੀਮੈਟ ਪਾਉਣੇ ਹੁੰਦੇ ਆਪਾਂ, ਉਹ 350-350 ਗ੍ਰਾਮ, ਐਮਫਿਕਸ ਪਾਉਣੇ ਆਪਾਂ 600 ਗ੍ਰਾਮ ਵੀਰੇ, ਕੋਰਨ ਗ੍ਰੇਨ ਮੱਕੀ ਪਾਉਣਾ ਆਪਾਂ 22 ਕਿਲੋ, ਮੈਗਨੀਸ਼ੀਅਮ ਆਕਸਾਈਡ 400 ਗ੍ਰਾਮ ਅਤੇ ਸੋਡੀਅਮ ਕਾਰਬੋਨੇਟ 650 ਗ੍ਰਾਮ, ਇਹ ਟੋਟਲ 100 ਕਿਲੋ ਬਣ ਜਾਂਦਾ, 100% ਵੋਲੀਅਮ ਬਣ ਗਿਆ। ਇਹ ਜਿਹੜੀ ਆਪਾਂ ਡਾਈਟ ਪਾਉਣੇ ਇਹਨਾਂ ਨੂੰ, ਇਹ ਡਾਈਟ ਦਾ ਚਾਰਟ ਮੈਂ ਵੀਡੀਓ ਦੇ ਵਿੱਚ ਵੀ ਸ਼ੋਅ ਕਰਦਾ ਹਾਂ ਫੋਟੋ ਦੇ ਉੱਪਰ, ਅਤੇ ਇਹਦੇ 'ਚ ਪ੍ਰੋਟੀਨ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੁੰਦੀ ਆ, ਇਹਨਾਂ ਨੂੰ ਲੋੜ ਵੀ ਹੈਗੀ ਆ ਬੱਚਿਆਂ ਨੂੰ, ਇਹ ਜੇ ਆਪਾਂ ਇਹ ਵਧੀਆ ਪ੍ਰੋਪਰ ਡਾਈਟ ਪਾਉਣਾ ਇਹਨਾਂ ਨੂੰ, ਇਹ ਵਧੀਆ ਟਾਈਮ ਸਿਰ ਇਹ ਪ੍ਰੈਗਨੈਂਟ ਹੋ ਜਾਣਗੀਆਂ ਵੀਰ, ਵਧੀਆ ਹੀਟ ਕੱਢਣਗੀਆਂ ਪ੍ਰੋਪਰ, ਨਾ ਇਹ ਰਿਪੀਟ ਨਹੀਂ ਕਰਨਗੀਆਂ। ਇਹ ਆਪਣੇ ਫਾਰਮ ਦਾ ਡਾਈਟ ਪਲਾਨ, ਆਪਾਂ TMR ਕਿਵੇਂ ਕਰਦੇ ਹਾਂ ਵੀ, ਆਪਾਂ ਇਹਨਾਂ ਨੂੰ ਪੂਰਾ ਰਲਾ ਕੇ ਕਿਵੇਂ ਪਾਉਣਾ ਉਹਦੇ ਬਾਰੇ ਦੱਸ ਦਿੰਦਾ ਮੈਂ ਤੁਹਾਨੂੰ। ਜਿਹੜਾ ਆਪਾਂ ਇਹਨੂੰ ਪਾਉਣਾ ਰੋਜ਼ ਦਾ ਖਾਣਾ ਵੀਰੇ, ਇੱਕ ਤਾਂ ਫੀਡ ਫਾਰਮੂਲੇਸ਼ਨ ਦੱਸੀ ਆ, ਉਹ ਫੀਡ ਤਿਆਰ ਕਰਾ ਲੈਣੀ ਆ ਤੁਸੀਂ, ਫਿਰ ਰੋਜ਼ ਦਾ ਜਿਹੜਾ ਖਾਣਾ ਪਾਉਣਾ ਗਾ ਆਪਾਂ ਇਹਨਾਂ ਨੂੰ ਸਾਈਲੇਜ ਦੇਣਾ 10 ਕਿਲੋ, 10 ਕਿਲੋ ਸਾਈਲੇਜ ਦੇਣਾ, 1.5 ਕਿਲੋ ਆਪਾਂ ਦੇਣੀ ਆ ਇਹਨਾਂ ਨੂੰ ਤੂੜੀ, ਵੀਟ ਸਟਾਕ ਆ ਇਹਦਾ, 1.5 ਕਿਲੋ ਤੂੜੀ ਅਤੇ 50 ਗ੍ਰਾਮ ਮਿਨਰਲ ਮਿਕਸਚਰ, ਹਾਈ ਮਿਨ ਪਾ ਲਓ ਤੁਸੀਂ, ਅਸੀਂ ਜਿਵੇਂ PDS ਦਾ ਪ੍ਰੀ ਮਿਕਸ ਤਿਆਰ ਕਰਵਾ ਕੇ ਲੈ ਕੇ ਆਉਣਾ, ਅਸੀਂ ਉਹ ਪਾਉਣੇ ਹੁੰਦੇ ਹਾਂ 50 ਗ੍ਰਾਮ ਉਹ ਪਾਉਣਾ, ਉਹ ਟੋਪ ਡਰੈਸਿੰਗ ਕਰਦਿਆ ਕਰੋ ਤੁਸੀਂ, ਪੱਠੇ ਪਾਉਣ ਵਾਲੇ ਰਲਾ ਕੇ ਪਾਤਾ ਵਿੱਚ ਵੀਰ, ਨਾਲ ਇਹਦੇ ਵਿੱਚ ਫੀਡ ਪਾਉਣੀ ਆ ਤੁਸੀਂ, ਫੀਡ 3 ਕਿਲੋ ਪਾਉਣੀ ਆ,
3 किलो फीड ये चीज़ा सारिया मिक्स करके एक बछी की फीड तैयार होगी, डाइट तैयार होगी रोज की। इन्हों चंगी तरह मिक्स करके पा देना, एक बछी की डाइट तैयार होगी। ये भीर जिस लगता बछी की ज़्यादा ग्रोथ होगी, ज़्यादा मोटी हो रही है, तो थोड़ा जहाँ साइलेज भी घटा सकते हो, तो थोड़ी जी फीड भी घट कर सकते हो आपके खर्चे के तो अकॉर्डिंग। जे तुम इस हिसाब न पाओगे 3 किलो फीड के हिसाब न जी आप फीड फॉर्मूलेशन दसी आ, थोड़ी बछी की ग्रोथ बहुत वधिया होगी, टाइम पर बछी ने प्रैगनेंट होना तो वधिया रहना सारा टाइम उन्हें। उस तों बाद तुसीं गल का ध्यान रखना, जिहड़ियां अपनियां बछियां सारियां जिहड़ियां जनवरी ते फरवरी च कब्बण कर लिओ वीरे यार, जे किसे दा वेट घट आ उहदी डाइट वधा दिओ तुसीं, उहदे अकॉर्डिंग तुसीं ध्यान देना। ये जरूरी आ, जिन्ना आपां लेट करांगे फिर लेट सूणगीआं अपने कोल, कोशिश करिआ करो जनवरी फरवरी दे विच सारियां प्रैगनेंट हो जाण। जे नहीं कोई बोलदी, नहीं हीट चाहुंदी, उहदी सैक्रोनाइजेशन कर लो, पक्का ही रिजल्ट मिलेगा भाई यार। जिहड़ी आ डाइट दस्सदी मैं, ये प्रैगनेंट होण तक बछी दी डाइट पाउणी आ ये वीरे, उस तों बाद भी तुसीं पा सकदे हो ये डाइट, कोई गल नहीं गी। आपां ड्राई वेले इहदी फिर ड्राई फीड शुरू कर देनी आ वीरे। ज़्यादातर असीं की करते होंदे आ बछियां जिन्ना चिर अपने कोल जदों प्रैगनेंट हो जाते हैं, उदू बाद असीं ड्राई फीड तो शुरू कर देने, 2 महीने रह जाते तो सून से, 2 महीने डेढ़ महीना ड्राई फीड पाने, फिर मगरले 20 दिन असीं ट्रांजैक्शन फीड पाने। ये बच्चियां का प्रोसीजर आ। बाकी वैक्सीनेशन हुण टाइम आ, मूँह खुरदी दवाई वगैरह लाओ, सारिया बच्चियां दे अपने लग चुकी है वीरे। जिहड़ी अज दी वीडियो च आपां गल करी आ, सिर्फ इहदे डाइट प्लान बारे गल करी आ, लवी की पाउणा गा। हुण आपां अगे बहुत लंबी लै जांदे सी वीडियो, हुण पूरी 2 पॉइंट ही गल करिया करांगे। यह सिर्फ बच्चियां का डाइट प्लान आ, जिहड़ियां बच्चियां 9 महीनों तो लैके गब्बण होण तक आ, उन्हां नूं तुसीं ये फीड पाओ, एवें डाइट पाओ, तो इन्ना ही तुसीं साइलेज पाउणा, ज़्यादा साइलेज नहीं पाउणा। हुण आपां वीर जी वीडियो एंड करदे आ, ज़्यादा तो ज़्यादा अपना चैनल लाइक तो सबसक्राइब करो। वाहिगुरू जी का खालसा, वाहिगुरू जी की फतेह।